दोस्तों जिवें कि थोनू पता है कि पंजाब स्कूल सिक्ख्या विभाग वालों स्कूल लाइब्रेरी दी कुछ असामियां प्रकाशित कीतियां गईयां हन। ते इहदे विच कि कई जिहड़े एप्लीकेंट्स हैगे है कैंडिडेट हैगे उन्हां दे जिहड़े है डाउट क्वेश्चन आ रहे सी कि भी इहदे विच जिहड़ी अदर स्टेट वाले अप्लाई कर सकते हन जां क्वालिफिकेशन इहदी की रहेगी, डिप्लोमेंट डिग्री यूनिवर्सिटी एग्जाम जिहड़ा पैटर्न है उह की होएगा, एंड सर्टिफिकेट एंड कैटेगरी प्रोबेशन पीरियड, लाइक इस तरह के काफ़ी कमेंट्स आ रहे सन। तो ये जिहड़ी वीडियो है उससे डाउट क्लियरिंग वीडियो बनाई गई है, ये जो भी थोड़ा मतलब डाउट्स है तुसी पूछ भी सकते हो। तो बाकी कुछ मैं भी क्लीयर करने की कोशिश की हैं, जिमें कि पहला आप क्वालिफिकेशन की गल करिए, जिमें कि इतने नोटिफिकेशन दे विच तां कहा गया जिमें कि शुड हैव पास्ड प्लस टू रेकोगनाइज यूनिवर्सिटी एंड 2 ईयर डिप्लोमा कोर्स इन लाइब्रेरी साइंस। हुण 2 ईयर डिप्लोमा कोर्स तो कोई भी नहीं होंदा, जिवें कि डी लिब भी 1 ईयर है, बी लिब भी 1 ईयर हैगा, पर इहदे विच हुण की है जिवें बी लिब कईआं ने ग्रैजुएशन तो बाद बी लिब कीती हुंदी है एंड प्लस टू तो बाद डी लिब ते बी लिब कीती हुंदी है। इहदे विच की है जिवें डी लिब वाला इहदे विच तां अप्लाई कर नहीं सकदा क्योंकि दैट इज़ अ 1 ईयर कोर्स, सो ही इज़ नॉट एबल टू अपलाई दिस पोस्ट। ਤੇ ਦੂਜਾ ਕੀ ਹੈ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ ਬੀ ਲਿਬ, ਜੇਕਰ ਤੁਹਾਡੇ ਕੋਲ ਇਕੱਲਾ ਬੀ ਲਿਬ ਵੀ ਹੈਗਾ ਹੈ ਨੋਟੀਫਿਕੇਸ਼ਨ ਦੇ ਅਕੋਰਡਿੰਗ, ਜਿਵੇਂ ਕਿ ਉਹ ਬੀ ਲਿਬ ਕੀ ਹੈ ਉਹ ਵੀ ਸਿਰਫ ਇੱਕ ਇੱਕ ਹੀ 1 ਈਅਰ ਦੀ ਹੁੰਦੀ ਹੈ, ਤੇ ਜੇਕਰ ਤੁਹਾਡੇ ਕੋਲ ਡੀ ਲਿਬ ਪਲੱਸ ਬੀ ਲਿਬ ਦੋਵੇਂ ਹੈ ਦੈਟ ਇਜ਼ ਆਫ 2 ਈਅਰ, ਉਹ ਕੀ ਹੈ 2 ਈਅਰ ਕੋਰਸ ਬਣ ਜਾਂਦਾ ਹੈਗਾ। ਇਹਦੇ ਵਿੱਚ ਨੋਟੀਫਿਕੇਸ਼ਨ ਦੇ ਵਿੱਚ ਕੀ ਹੈ ਕਲੀਅਰ ਨਹੀਂ ਕੀਤਾ ਗਿਆ ਵੀ ਤੁਹਾਡੇ ਕੋਲ ਬੀ ਲਿਬ ਹੋਣੀ ਚਾਹੀਦੀ ਹੈ ਜਾਂ ਡੀ ਲਿਬ ਹੋਣੀ ਚਾਹੀਦੀ ਹੈ ਜਾਂ ਐਮ ਲਿਬ, ਇੱਥੇ ਸਿਰਫ ਕੀ ਹੈ ਕਲੀਅਰ ਕੀਤਾ ਗਿਆ ਓਨਲੀ ਆਫ 2 ਈਅਰ। 2 ਈਅਰ ਹੁਣ ਕਿਹੜਾ ਹੋਏਗਾ, 2 ਈਅਰ ਹੁਣ ਤੁਸੀਂ ਆਪ ਵੇਖ ਲਓ, ਜੇਕਰ ਤੁਹਾਡੇ ਕੋਲ ਡੀ ਲਿਬ ਬੀ ਲਿਬ ਐਮ ਲਿਬ ਜੇਕਰ ਤੁਹਾਡੇ ਕੋਲ ਦੋਵੇਂ ਕੀਤੇ ਗਏ ਕੋਈ ਵੀ, ਫਿਰ ਤੁਸੀਂ ਕੀ ਇਹਦੇ ਵਾਸਤੇ ਐਲੀਜੀਬਲ ਹੈਗੇ ਹੋ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਯੂਨੀਵਰਸਿਟੀ, ਯੂਨੀਵਰਸਿਟੀ ਕੀ ਇਹਦੇ ਵਿੱਚ ਮੰਨ ਲਓ ਜੇਕਰ ਤੁਸੀਂ ਤੁਹਾਨੂੰ ਪਤਾ ਹੀ ਹੋਏਗਾ ਇਹਦੇ ਬਾਰੇ ਕਿਹੜੀ ਵੈਲਿਡ ਹੈ ਜਾਂ ਨਹੀਂ ਹੈ, ਪਰ ਇਹਦੇ ਵਿੱਚ ਕੀ ਹੈ ਦੋਸਤੋ ਇੱਕ ਗੱਲ ਹੋਰ ਸੁਣੀ ਗਈ ਹੈ, ਕਈ ਇਸ ਚੱਕਰ 'ਚ ਪੈ ਰਹੇ ਹਨ ਕਿ ਹੁਣ ਸਰਟੀਫਿਕੇਟ ਬਣਵਾ ਲਿਆ ਜਾਵੇ, ਇਸ ਤਰ੍ਹਾਂ ਦਾ ਕੋਈ ਮਤਲਬ ਕਿ ਫੰਡਾ ਨਹੀਂ ਹੈਗਾ ਵੀ ਤੁਸੀਂ ਕਿ ਤੁਹਾਨੂੰ ਹੁਣ ਕੋਈ ਬੈਕ ਡੇਟ 'ਚ ਸਰਟੀਫਿਕੇਟ ਬਣਾ ਦੇਗਾ, ਜੇਕਰ ਬੈਕ ਡੇਟ 'ਚ ਬਣਾ ਕੇ ਦੇਗਾ ਜਾਲੀ ਹੋਏਗਾ, ਇਸ ਤਰ੍ਹਾਂ ਕੀ ਹੈ ਇਸ ਚੱਕਰ ਦੇ ਵਿੱਚ ਨਾ ਹੀ ਪਾਓ ਤਾਂ ਬਿਹਤਰ ਰਹੇਗਾ। ਉਸ ਤੋਂ ਬਾਅਦ ਅਦਰ ਸਟੇਟ ਪੋਲਸੀ ਕੀ ਹੈ, ਅਦਰ ਸਟੇਟ ਪੋਲਸੀ ਜਿਵੇਂ ਕਿ ਕੋਈ ਬਾਕੀ ਜਿਹੜੇ ਸਟੇਟਸ ਹੈਗੇ ਆ ਹਰਿਆਣਾ ਹਿਮਾਚਲ ਇਹਨਾਂ ਵਾਲੇ ਕੀ ਬੱਚੇ ਇਹ ਅਪਲਾਈ ਕਰ ਸਕਦੇ ਹੈਗੇ, ਅਪਲਾਈ ਕਰਨ ਦੇ ਯੋਗ ਹੈਗੇ ਹੈ, ਪਰ ਇਹਦੇ ਵਿੱਚ ਕੀ ਹੈ ਕੰਡੀਸ਼ਨ ਇੱਕ ਇਹ ਹੁੰਦੀ ਹੈ ਕਿ ਉਹਨਾਂ ਵਾਸਤੇ ਜਿਹੜਾ ਕੀ ਹੈ ਰਿਜ਼ਰਵੇਸ਼ਨ ਹੈ ਉਹ ਨਹੀਂ ਹੁੰਦੀ, ਉਹ ਇਹ ਜਨਰਲ ਕੈਟੇਗਰੀ ਦੇ ਵਿੱਚ ਹੀ ਕੰਸੀਡਰ ਹੁੰਦੇ ਆ, ਕੈਟੇਗਰੀ ਐਕਸ ਇੱਕ ਹੋ ਗਈ ਇਹਦੇ ਵਿੱਚ ਹੀ ਕੰਸੀਡਰ ਹੋਣਗੇ, ਉਹ ਵੀ ਅਪਲਾਈ ਕਰਨ ਯੋਗ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਪਾਂ ਪ੍ਰੋਬੇਸ਼ਨ ਪੀਰੀਅਡ ਦੀ। ਪ੍ਰੋਬੇਸ਼ਨ ਪੀਰੀਅਡ ਕੀ ਹੈ, ਇਹਦੇ ਵਿੱਚ ਹਾਲੇ ਤੱਕ ਜਿਹੜਾ ਪੰਜਾਬ ਗਵਰਨਮੈਂਟ ਹੈ ਉਹ ਕਿਸੇ ਵੀ ਪੋਸਟ 'ਤੇ ਜੇਕਰ ਭਰਤੀ ਕਰਦੀ ਹੈ ਤਾਂ ਉਹਦੇ ਵਿੱਚ ਕੀ 3 ਈਅਰ ਪ੍ਰੋਬੇਸ਼ਨ ਪੀਰੀਅਡ ਹੋਏਗਾ, ਮਤਲਬ ਕਿ 3 ਸਾਲ ਤੱਕ ਤੁਹਾਨੂੰ ਨਾ ਤਾਂ ਕੋਈ ਇੰਕਰੀਮੈਂਟ ਮਿਲੇਗੀ ਨਾ ਹੀ ਤੁਹਾਨੂੰ ਕੀ ਕੋਈ ਵਾਧਾ ਮਿਲੇਗਾ ਪੇ ਦੇ ਵਿੱਚ, ਜੋ ਵੀ ਜਿਹੜਾ ਕੀ ਹੈ ਅਲਾਉਂਸੈਂਸ ਹੈਗੇ ਉਹ 3 ਈਅਰ ਤੋਂ ਬਾਅਦ ਤੁਹਾਨੂੰ ਮਿਲਣ ਯੋਗ ਹੋਣਗੇ ਜੇਕਰ ਤੁਸੀਂ ਇਸ ਪੋਸਟ 'ਤੇ ਸਿਲੈਕਟ ਹੋ ਜਾਂਦੇ ਹੋ। ਉਸ ਤੋਂ ਬਾਅਦ ਗੱਲ ਕਰੀਏ ਆਪਾਂ NOC ਦੀ, ਜਿਹੜੇ ਕਿ ਆਲਰੇਡੀ ਗਵਰਨਮੈਂਟ ਇੰਪਲੋਏ ਹੈਗੇ ਆ ਉਹਨਾਂ ਵਾਸਤੇ NOC ਜ਼ਰੂਰੀ ਹੈ, ਜੇਕਰ ਉਹ ਏਜ 'ਚ ਰਿਲੈਕਸੇਸ਼ਨ ਲੈਣਾ ਚਾਹੁੰਦੇ ਹੈਗੇ ਆ। ਅਤੇ ਦੂਜਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕੈਟੇਗਰੀ, ਜੇਕਰ ਤੁਸੀਂ ਕੋਈ ਵੀ ਪੋਸਟ ਅਪਲਾਈ ਕਰ ਰਹੇ ਹੋ ਤਾਂ ਤੁਹਾਡੇ ਕੋਲ ਜਿਹੜਾ ਸਰਟੀਫਿਕੇਟ ਹੈ ਉਹ ਉਸ ਡੇਟ ਤੋਂ ਪਹਿਲਾਂ ਦਾ ਬਣਿਆ ਹੋਣਾ ਚਾਹੀਦਾ, ਡੇਟ ਦੇ ਵਿੱਚ ਜ਼ਰੂਰੀ ਲਿਖੀ ਗਈ ਹੈ ਲਾਈਨਸ ਕੀ ਹੈ ਉਹ ਤੁਹਾਡੇ ਕੋਲ ਉਸ ਡੇਟ ਤੋਂ ਪਹਿਲਾਂ ਦਾ ਹੀ ਹੋਣਾ ਚਾਹੀਦਾ ਹੈਗਾ। ਅਤੇ ਇਸ ਲਈ ਕੀ ਹੈ ਇਹਦੀ ਲਾਸਟ ਡੇਟ ਮੇਰੇ ਖਿਆਲ ਤੋਂ 25/4 ਹੈ, ਤੁਸੀਂ ਜੇਕਰ ਸਰਟੀਫਿਕੇਟ ਨਹੀਂ ਵੀ ਹੈ ਤਾਂ ਉਸਨੂੰ ਬਣਵਾ ਲਿਆ ਜਾਵੇ ਅਤੇ ਫਿਰ ਹੀ ਅਪਲਾਈ ਕੀਤਾ ਜਾਵੇ। ਉਸ ਤੋਂ ਬਾਅਦ ਐਗਜ਼ਾਮ ਪੈਟਰਨ ਹੈ, ਨੋਟੀਫਿਕੇਸ਼ਨ ਦੇ ਵਿੱਚ ਕੀ ਹੈ ਹਾਲੇ ਇਹ ਕਲੀਅਰ ਨਹੀਂ ਕੀਤਾ ਗਿਆ ਵੀ ਐਗਜ਼ਾਮ ਪੈਟਰਨ ਹੈ ਉਹ ਕਿਹੜਾ ਹੋਣਾ ਚਾਹੀਦਾ, ਕੀ ਮਤਲਬ ਪੈਟਰਨ ਹੈ, ਸਿਰਫ ਕੀ ਹੈ ਲਿਖਿਆ ਹੋਇਆ ਦੇਰ ਵੁੱਡ ਬੀ ਏ ਰਿਟਨ ਐਗਜ਼ਾਮ। ਸੋ ਜ਼ਿਆਦਾਤਰ ਕੀ ਜਿਹੜੇ ਪੰਜਾਬ ਵਿੱਚ ਜਿਹੜੀ ਪੋਸਟਾਂ ਅਤੇ ਜਿਹੜੇ ਕੈਂਡੀਡੇਟ ਰੱਖੇ ਜਾਂਦੇ ਉੱਥੇ ਜਿਹੜਾ ਦੋ ਹੀ ਪੈਟਰਨ ਇੱਕ ਆਮ ਜਨਰਲ ਜਿਹਾ ਪੈਟਰਨ ਵੇਖਣ ਨੂੰ ਮਿਲਿਆ ਜਾਂਦਾ ਹੈ, ਇਹਦੇ ਵਿੱਚ ਕੀ ਜਿਵੇਂ ਮੈਥ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਐਪਟੀਟਿਊਡ ਹੋ ਗਿਆ, ਰੀਜ਼ਨਿੰਗ ਹੋ ਗਈ, ਅਤੇ ਲੈਂਗੁਏਜ ਪੰਜਾਬੀ ਦੇ ਕੁਝ ਕੁਐਸਚਨ ਐਡ ਹੁੰਦੇ ਆ, ਅਤੇ ਇੰਗਲਿਸ਼ ਲੈਂਗੁਏਜ ਹੋ ਗਈ। ਦੂਜਾ ਇਹਦੇ ਵਿੱਚ ਸ਼ਾਇਦ ਹੋ ਸਕਦੇ ਹਨ ਕਿ ਜਿਹੜਾ
ਟੈਕਨੀਕਲ ਕੁਐਸਚਨ ਲਾਈਕ ਜੋ ਲਾਈਬ੍ਰੇਰੀਅਨ ਦੇ ਰਿਲੇਟਡ ਹੁੰਦੇ ਆ ਉਹ ਵੀ ਇਹਦੇ ਵਿੱਚ ਆਉਣ ਦੀ ਪੂਰੀ ਉਮੀਦ ਹੈ। ਦੂਜਾ ਇੱਥੇ ਕੀ ਆ ਗੱਲ ਕਲੀਅਰ ਵੀ ਕੀਤੀ ਗਈ ਹੈ ਵੀ ਜੋ ਰਾਖਵਾਂਕਰਨ ਦਾ ਲਾਭ ਲੈਣ ਲਈ ਉਮੀਦਵਾਰ ਪੰਜਾਬ ਦਾ ਵਸਨੀਕ ਹੋਣ ਦਾ ਤਾਜ਼ਾ ਜਾਰੀ ਹੋਇਆ ਸਰਟੀਫਿਕੇਟ ਪੇਸ਼ ਕਰੇਗਾ। ਜੇਕਰ ਮੰਨ ਲਓ ਉਹ ਕਿਸੇ ਵੀ ਤਰ੍ਹਾਂ ਦਾ ਰਿਜ਼ਰਵੇਸ਼ਨ ਦਾ ਲਾਭ ਲੈਣਾ ਚਾਹੁੰਦਾ ਹੈ ਜਾਂ ਏਜ ਰਿਲੈਕਸੇਸ਼ਨ ਦਾ ਲਾਭ ਲੈਣਾ ਚਾਹੁੰਦਾ ਤਾਂ ਉਹਦੇ ਕੋਲ ਕੀ ਹੈ ਇਹ ਜਿਹੜਾ ਡੋਮੀਸਾਈਲ ਸਰਟੀਫਿਕੇਟ ਹੋਣਾ ਚਾਹੀਦਾ ਹੈ। ਸੋ ਇੱਥੇ ਗੱਲ ਕਲੀਅਰ ਹੈ ਕਿ ਅਦਰ ਸਟੇਟ ਅਪਲਾਈ ਕਰ ਸਕਦੇ ਹਨ ਪਰ ਉਹਨਾਂ ਨੂੰ ਕੋਈ ਲਾਭ ਨਹੀਂ ਮਿਲੇਗਾ ਇਹਦੇ ਵਿੱਚ। ਬਾਕੀ ਆਪਾਂ ਸਿਲੇਬਸ ਦੀ ਗੱਲ ਕਰੀਏ ਤਾਂ ਨੋਟੀਫਿਕੇਸ਼ਨ ਦੇ ਵਿੱਚ ਵੀ ਇਹ ਕਲੀਅਰ ਕੀਤਾ ਗਿਆ ਹੈ ਕਿ ਜਿਹੜਾ ਇਹਦਾ ਸੰਭਾਵਿਤ ਜਿਹੜਾ ਸਿਲੇਬਸ ਜਾਂ ਜੋ ਵੀ ਆਏਗਾ ਉਹ ਕੀ ਹੈ ਵੈਬਸਾਈਟ ਦੇ ਉੱਪਰ ਪਾ ਦਿੱਤਾ ਜਾਏਗਾ। ਹਾਂਜੀ ਦੋਸਤੋ, ਜੇਕਰ ਇਸ ਤੋਂ ਇਲਾਵਾ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਬੋਕਸ ਦੇ ਵਿੱਚ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ।